ਤੇ ਜਿੱਥੇ ਤੁਹਾਡੀ ਬਰਾਤ ਗਈ ਸੀ ਉਹ ਕਿਹੜੀ ਤਹਿਸੀਲ ਚ ਸੀਗਾ ਜੀ ਪਿੰਡ? ਉਹ ਵੀ ਨਾਲ ਹੀ ਪਿੰਡ ਹੈ। ਅੱਛਾ, ਇਸੇ ਤਹਿਸੀਲ ਤੇ ਉਹ ਸੀ, ਨਕੋਦਰ ਦਾ ਹੀ ਸੀਗਾ? ਹਾਂ। ਅੱਛਾ, ਹਾਂ, ਮੁੱਲਾਂ ਵਾਲਾ ਖੂਹ ਸੀ। ਅੱਛਾ ਜੀ, ਨਵਾਂ ਖੂਹ ਸੀ, ਕੁੰਡੇ ਵਾਲਾ ਖੂਹ ਸੀ, ਥੇ ਵਾਲਾ ਖੂਹ ਸੀ, ਪੱਟੀਆਂ ਵਾਲਾ ਖੂਹ ਸੀ, ਨਵਾਂ ਖੂਹ ਸੀ, ਜੱਟਾਂ ਦਾ ਖੂਹ ਸੀ, ਇਹ ਸੀ। ਇਹ ਸਾਰੇ ਤੁਹਾਡੇ ਪਿੰਡ ਦੇ? ਉਹ ਵੱਡਾ ਜਿਹੜਾ ਉਹਦਾ ਨਾਂ ਗਿੱਦੜ ਸਿੰਘ ਸੀ, ਉਦੋਂ ਛੋਟੇ ਦਾ ਆਨੰਦ ਸਿੰਘ, ਉਦੋਂ ਛੋਟੇ ਦਾ ਲਾਭ ਸਿੰਘ। ਤੁਹਾਡੇ ਹਾਣ ਦੇ ਇਹਨਾਂ ਚੋਂ ਕਿਹੜੇ ਸੀਗੇ ਜੀ? ਲਾਭ ਸਿੰਘ। ਅੱਛਾ, ਲਾਭ ਸਿੰਘ ਜੀ ਉਹ ਨਾਲ ਸਾਡੇ ਪੜ੍ਹਦਾ ਰਿਹਾ ਸੀ। ਅੱਛਾ, ਤੁਹਾਡਾ ਕਲਾਸ ਫੈਲੋ ਹਮ ਹੀ ਮੱਤ ਗਿਆ? ਹਾਂ। ਅੱਛਾ ਅੱਛਾ, ਲੋਕਾਂ ਦਾ ਜਾਨ ਸੀ ਵਾਹੀ ਵਾਹ। ਅੱਛਾ ਜੀ, ਤੇ ਪੜ੍ਹਾਈ ਵੱਲ ਘੱਟ ਸੀਗਾ, ਉਹਨਾਂ ਨੇ ਫਿਰ ਚਿੱਠੀ ਲਿਖ ਕੇ ਦਿੱਤੀ ਸੀ ਜਾਣੇ ਵੀ ਜਿਹੜਾ ਨਾ ਪੜ੍ਹਾਵੇ ਉਹ ਤੇ ਦਰਖਾਸਤ ਦੇ ਦਿਓ, ਮਹਿਤਪੁਰ ਉਸ ਤੋਂ ਲਖਾਂ ਪਠਾਨ ਹੈਗੇ ਉਹਦੇ ਤਰੀਕਾਂ ਭੁਗਤਿਆਂ ਭਰੂਗਾ। ਤੇ ਜਾਣੇ ਮਾਸਟਰ ਲਿਹਾਜ ਕਰਕੇ ਦਰਖਾਸਤਾਂ ਨਹੀਂ ਸੀ ਦਿੱਤੀਆਂ, ਤੇ ਉਹਦਾ ਮੁੰਡੇ ਘੱਲ ਘੁੱਲ ਦਿੱਤੇ ਸੀ ਉਹਨਾਂ ਦੇ। ਅਸਾਂ ਪੜ੍ਹਨਾ ਮਦਰਸੇ ਜਾ ਕੇ ਚਿੱਤ ਚਾਹੇ ਪੜ੍ਹਨੇ ਨੂੰ ਬਾਪੂ, ਚਿੱਤ ਚਾਹੇ ਪੜ੍ਹਨੇ ਨੂੰ ਅਸਾਂ ਪੜ੍ਹਨਾ। ਉਹਨੇ ਕਹਿਣਾ ਕੀ ਕਰਨਾ ਜਵਾਨਾਂ ਪੜ੍ਹ ਕੇ, ਕੰਮ ਸਾਡਾ ਖੇਤੀ ਦਾ ਮੁੰਡਿਆ, ਕਿ ਕੰਮ ਸਾਡੇ ਖੇਤੀ ਦਾ ਕੀ ਪੜ੍ਹਨਾ, ਅਨਪੜ੍ਹ ਦੀ ਕਦਰ ਨਾ ਕੋਈ ਤੇ ਵਾਂਗ ਹੈ ਡੰਗਰਾਂ ਦੀ। ਉਦੋਂ ਦੀ ਨਜ਼ਮ ਆ ਜੀ ਤੁਹਾਨੂੰ ਤਕਰੀਬਨ ਅੱਜ ਤੋਂ 100 ਸਾਲ ਪੁਰਾਣੀ ਕਹਿ ਸਕਦੇ ਹਾਂ ਆਪਾਂ। ਹਾਂਜੀ, ਉਦੋਂ ਦੀ ਚੇਤੇ ਆ ਤੁਹਾਨੂੰ? ਹਾਂਜੀ। ਤੇ ਇਹ ਜਦੋਂ ਫਿਰ ਇਹ ਨਜ਼ਮ ਸੁਣਾਉਂਦੇ ਸੀਗੇ ਜੀ ਉਹ ਮੁੰਡਿਆਂ ਦੇ ਮਾਂ ਪਿਓ ਨੂੰ ਜਾ ਕੇ ਜਾਂ ਉੱਥੇ? ਨਹੀਂ, ਜਿੱਦਾਂ ਆਪਾਂ ਚਾਹੋਗੇ ਇਕੱਠ ਹੋ ਜਾਈਏ, ਬੰਦੇ ਇਕੱਠੇ ਹੋ ਜਾਂਦੇ ਸੀ ਨਾ, ਉਹ ਫਿਰ ਉਹ ਪੜ੍ਹ ਕੇ ਸੁਣਾਉਂਦੇ ਸੀ, ਫਿਰ ਬੰਦੇ ਸੁਣ ਕੇ ਫਿਰ ਮੁੰਡਿਆਂ ਨੂੰ ਘੱਲਦੇ ਸੀ ਨਾ। ਮਸਲ ਅਸਰ ਹੁੰਦਾ ਸੀਗਾ? ਹਾਂ। ਤੇ ਤੁਸੀਂ ਵੀ ਪੜ੍ਹਦੇ ਹੁੰਦੇ ਸੀ? ਸਿੱਖਾਂ ਦਾ ਸੀ ਨੂਰਪੁਰ ਕੋਲ ਲਾਲ ਦੱਦੜਾਂ। ਅੱਛਾ, ਇਹ ਸਿੱਖਾਂ ਦੇ ਪਿੰਡ? ਹਾਂ, ਵਾੜਾ, ਵਾੜਾ ਪਿੰਡ। ਅੱਛਾ, ਉਹ ਵੀ ਸਿੱਖਾਂ ਦਾ ਸੀ? ਹਾਂ। ਇਹ ਬਾਬਾ ਜੀ ਹੁਣ ਜਿਹੜਾ ਨਾ ਉਹ ਪਾਕਿਸਤਾਨ ਬਣੇ ਨੂੰ ਤਕਰੀਬਨ 75 ਸਾਲ ਹੋ ਗਏ ਜੀ, ਤੇ ਹੁਣ ਵੀ ਕਦੀ ਦਿਲ ਕਰਦਾ ਆਪਣਾ ਜਿਹੜਾ ਪਿੰਡ ਵਾਲਾ ਘਰ ਜਿਹੜਾ ਉਹ ਦੇਖਣ ਨੂੰ, ਦੇਸ਼ ਵਾਲਾ ਘਰ ਦੇਖਣ ਨੂੰ? ਦਿਲ ਤਾਂ ਕਰਦਾ ਹੀ ਆ ਉਦਾਂ ਤਾਂ। ਅੱਛਾ ਜੀ, ਪਰ ਉਹ ਰਹਿ ਨਹੀਂ ਗਏ ਹੁਣ, ਉਹ ਘਰ ਰਹਿ ਨਹੀਂ ਗਏ ਹੁਣ। ਚਲੋ, ਉਹ ਜੂ ਉਹ ਥਾਂ ਤਾਂ ਉਹ ਹੋਊਗੀ, ਹਾਂ ਥਾਂ ਤਾਂ ਹੋਊ, ਪਿੰਡ ਤਾਂ ਹੋਊਗਾ। ਹਾਂ ਹਾਂ। ਤੇ ਹੁਣ ਜੇ ਕਿਤੇ ਮੌਕਾ ਬਣ ਜਾਵੇ ਤਕਦੀਰ ਸਬੱਬ ਬਣਾ ਦੇਵੇ, ਤੇ ਉੱਥੇ ਜਾ ਕੇ ਘਰ ਆਪਣਾ ਪਛਾਣ ਲਓਗੇ ਵੀ ਕਿੱਥੇ ਤੁਹਾਨੂੰ ਦੱਸਦੇ? ਪਛਾਣ ਨੂੰ ਤਾਂ ਪਛਾਣ ਲਾਂਗੇ। ਅੱਛਾ, ਤੇ ਪਰ ਹੁਣ ਤੁਹਾਡੇ ਤਾਂ ਤੁਰਨਾ ਹੀ ਹੁੰਦਾ, ਤੇ ਜਾਣਾ ਕਿੱਦਾਂ? ਉਹਨਾਂ ਅੱਗ ਲਾਈ, ਫਿਰ ਪਹਿਲਾਂ ਉਹ ਸੂਤ ਜਿਹੜਾ ਸੀ ਉਹ ਲਾ ਲਿਆ। ਅੱਛਾ, ਤੁਸੀਂ ਕਿਤੇ ਵੇਖਿਆ ਹਿੰਦੂਆਂ ਦੇ ਇੱਥੇ ਡੋਰ ਪਾਈ ਹੋਈ ਹੁੰਦੀ ਹੈ ਬਾਹਮਣਾਂ ਦੀ, ਦੇਖੀ ਆ? ਉਹਨੂੰ ਜਨੇਊ ਕਹਿੰਦੇ ਆ। ਜਨੇਊ? ਹਾਂ। ਅੱਛਾ, ਉਹ ਬਾਹਮਣਾਂ ਦੇ ਉਹ ਉਸ ਡੋਰ ਸੂਤ ਉਸ ਡੋਰ ਦਾ ਸੂਤ ਦਾ ਡੋਰ ਹੁੰਦੀ ਉਹ ਜਿਹੜਾ ਉਹਦੇ ਨਾਲ ਹੁੰਦਾ ਉਹਦੀ ਬਣਾਉਂਦੇ ਉਹ। ਤੇ ਫਿਰ ਅੱਗ ਲਾਉਂਦੇ ਤੇ ਫਿਰ ਵੇਲਾ ਗੋਲੇ ਰਸਤਬਾਜ਼ੀਆਂ ਚੱਲਦੀਆਂ, ਰੁੱਖ ਬੰਦੇ ਭੱਜ ਕੇ ਰੁੱਖਾਂ ਦੇ ਹੇਠਾਂ ਹੋ ਜਾਂਦੇ ਵੀ ਸਿਰ ਚਿੱਲੇ ਗਿੱਜ ਗਾਲੀ ਕਰਦੇ, ਤੇ ਫਿਰ ਉਹਨੂੰ ਫੂਕਦੇ। ਤੇ ਇਹ ਦੁਸਹਿਰਾ ਜਿਹੜਾ ਤੁਸੀਂ ਦੇਖਿਆ ਸੀ ਉਹ ਕਿਹੜੇ ਪਿੰਡ 'ਚ ਲੱਗਦਾ ਸੀ ਜੀ? ਨਕੋਦਰ। ਨਕੋਦਰ ਸ਼ਹਿਰ ਦੇ ਵਿੱਚ? ਸ਼ਹਿਰ ਦੇ ਵਿੱਚ। ਇਹ ਕਿਹੜੀ ਥਾਂ 'ਤੇ ਹੁੰਦਾ ਸੀਗਾ ਜੀ, ਕੋਈ ਪਤਾ ਵੀ ਕਿੱਥੇ ਕਰਕੇ ਹੁੰਦਾ? ਬਿਸਮਿਲ੍ਲਾਹ ਰਹਿਮਾਨ ਰਹੀਮ। ਅਸਲਾਮੁ ਅਲੈਕਮ, ਸਤਿ ਸ਼੍ਰੀ ਅਕਾਲ ਅਤੇ ਪ੍ਰਣਾਮ ਜੀ। ਪਿਆਰੇ ਪੰਜਾਬੀ ਵੀਰੋ, ਅੱਜ ਵੰਡ ਦੀ ਇੱਕ ਨਵੀਂ ਕਹਾਣੀ ਸੁਣਨ ਵਾਸਤੇ ਹਾਜ਼ਰ ਹੋਏ ਹਾਂ ਜੀ। ਚੱਕ 140 ਮੁਰਾਦ, ਨੇੜੇ ਡਾਰਾਂ ਵਾਲਾ, ਤਹਿਸੀਲ ਚਿਸ਼ਤੀਆਂ, ਜ਼ਿਲ੍ਹਾ ਬਹਾਵਲ ਨਗਰ ਦੇ ਵਿੱਚ ਵੰਡ ਦੀ ਕਹਾਣੀ ਸੁਣਨੀ ਆ ਜਿਹੜੇ ਬਜ਼ੁਰਗਾਂ ਕੋਲੋਂ। ਇਸ ਉਮਰ ਦੇ ਬਜ਼ੁਰਗ ਹੁਣ ਬਹੁਤ ਟਾਵੇਂ ਟਾਵੇਂ ਮਿਲਦੇ ਆ, ਕਿਉਂਕਿ ਬਜ਼ੁਰਗਾਂ ਦੀ ਥੋੜ ਹੁੰਦੀ ਜਾਂਦੀ ਆ। ਇਹ ਮੇਰੇ ਵੀਰਾਂ ਨੇ ਦੱਸਿਆ ਕਿ ਜਿਸ ਵੇਲੇ ਚੜ੍ਹਦੇ ਪੰਜਾਬ 'ਚੋਂ ਲਹਿੰਦੇ ਪੰਜਾਬ ਵਿੱਚ ਆਏ ਅਤੇ ਉੱਥੇ ਸ਼ਾਦੀਸ਼ੁਦਾ ਵੀ ਸੀਗੇ ਅਤੇ ਇੱਕ ਬੇਟੇ ਦੇ ਬਾਪ ਵੀ ਸੀ ਅਤੇ ਗੱਭਰੂ ਸੀ, ਯਾਨੀ ਕਿ ਉਸ ਦੌਰ ਦੇ ਵਿੱਚ ਇਹ। ਅਤੇ ਅੱਜ ਇਹਨਾਂ ਕੋਲੋਂ ਆਪਾਂ ਸੁਣਾਂਗੇ ਵੰਡ ਦੀ ਕਹਾਣੀ। ਅਤੇ ਇਸ ਤੋਂ ਪਹਿਲੇ ਕਿ ਆਪਾਂ ਬਜ਼ੁਰਗਾਂ ਨਾਲ ਗੱਲਬਾਤ ਸ਼ੁਰੂ ਕਰੀਏ, ਜੇ ਤੁਸੀਂ ਤੁਹਾਡੇ ਆਪਣੇ ਯੂਟਿਊਬ ਚੈਨਲ CTN ਪੰਜਾਬੀ TV 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਦਿਓ, ਤਾਂ ਕਿ ਇਸ ਤੋਂ ਬਾਅਦ ਆਉਣ ਵਾਲੀਆਂ ਹੋਰ ਵੀ ਪਾਰਟੀਸ਼ਨ ਸਟੋਰੀ ਦੀਆਂ ਦਿਲਚਸਪ ਵੀਡੀਓ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਅਤੇ ਆਓ ਜੀ ਗੱਲ ਕਰਦੇ ਹਾਂ ਅੱਜ ਦੇ ਸਾਡੇ ਮਹਿਮਾਨ ਬਜ਼ੁਰਗਾਂ ਨਾਲ, ਅਤੇ ਪੁੱਛਦੇ ਹਾਂ ਇਹਨਾਂ ਕੋਲੋਂ 1947 ਦੀ ਵੰਡ ਤੋਂ ਪਹਿਲੇ ਦੀਆਂ ਅਤੇ 1947 ਦੀ ਵੰਡ ਵੇਲੇ ਦੀਆਂ ਗੱਲਾਂ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਕੀ ਨਾਂ ਜੀ ਬਜ਼ੁਰਗੋ ਆਪਣਾ? ਖੁਸ਼ੀ ਮੁਹੰਮਦ। ਅਤੇ ਵਾਲਦ ਸਾਹਿਬ ਦਾ ਜੀ?
ਅਲੀ ਮੁਹੰਮਦ ਤੇ ਦਾਦਾ ਜੀ ਦਾ ਕੀ ਨਾਂ ਜੀ ਸ਼ਾਬਦੀਨ ਸ਼ਾਬਦੀਨ ਤੇ ਬਰਾਦਰੀ ਬਾਬਾ ਜੀ ਕਿਹੜੀ ਆਪਣੀ ਰਾਈ ਰਾਈ ਤੇ ਇਹ ਜਦੋਂ 47 ਵਾਲੇ ਰੌਲੇ ਬਣੇ ਆ ਜੀ ਉਦੋਂ ਕਿੰਨੀ ਉਮਰ ਸੀ ਆਪਣੀ ਉਦੋਂ ਹੋਣੀ ਆ 35 ਲਾ ਲਓ ਅੱਛਾ ਮਾਸ਼ਾਅੱਲਾ ਗੱਭਰੂ ਸੀਗੇ ਜੀ ਉਦੋਂ ਹਾਂਜੀ ਤੇ ਇਹ ਸ਼ਾਦੀ ਤੁਹਾਡੀ ਉੱਥੇ ਹੋਈ ਸੀਗੀ ਜੀ ਉੱਥੇ ਤੇ ਉਹ ਦੱਸੋ ਜੀ ਕਿ ਸ਼ਾਦੀ ਹੋਈ ਸੀ ਤੇ ਕਿੰਨੇ ਬੱਚੇ ਸੀ ਤੇ ਬਰਾਤ ਤੁਹਾਡੀ ਕਿਹੜੇ ਪਿੰਡ ਚੋਂ ਕਿੱਥੇ ਗਈ ਸੀ ਪਹਿਲੇ ਇਹ ਕਹਾਣੀ ਸੁਣਾਓ ਬਾਕੀ ਗੱਲਾਂ ਆਪਾਂ ਫਿਰ ਕਰਦੇ ਹਾਂ ਜੀ ਰੇਵਾਲੋਂ ਬਾਗਪੁਰ ਬਰਾਤ ਗਈ ਸੀ ਕਿੱਥੇ ਗਈ ਕਿੱਥੇ ਸੀ ਬਾਗਪੁਰ ਬਾਗਪੁਰ ਇਹ ਰਾਏਵਾਲ ਸੀਗਾ ਜਿਹੜਾ ਇਹ ਕਿਹੜੇ ਤਹਿਸੀਲ ਦੇ ਵਿੱਚ ਆਉਂਦਾ ਸੀਗਾ ਜੀ ਤਹਿਸੀਲ ਨਕੋਦਰ ਅੱਛਾ ਤੇ ਜ਼ਿਲ੍ਹਾ ਕਿਹੜਾ ਸੀਗਾ ਜੀ ਆਪਣਾ ਜਲੰਧਰ ਦਾ ਤੇ ਜਿੱਥੇ ਤੁਹਾਡੀ ਬਰਾਤ ਗਈ ਸੀ ਉਹ ਕਿਹੜੀ ਤਹਿਸੀਲ ਚ ਸੀਗਾ ਜੀ ਪਿੰਡ ਉਹ ਵੀ ਨਾਲ ਹੀ ਪਿੰਡ ਇਸੇ ਤਹਿਸੀਲ ਚ ਉਹ ਸੀ ਨਕੋਦਰ ਦਾ ਹੀ ਸੀਗਾ ਹਾਂ ਅੱਛਾ ਤੇ ਇਹ ਦੱਸੋ ਬਾਬਾ ਜੀ ਵੀ ਆਪਣਾ ਜਿਹੜਾ ਪਿੰਡ ਸੀਗਾ ਰਾਏਵਾਲ ਦੱਸਿਆ ਨਾ ਜੀ ਇਹ ਰਾਏਵਾਲ ਦੇ ਆਸੇ ਪਾਸੇ ਕਿਹੜੇ ਕਿਹੜੇ ਪਿੰਡ ਸੀਗੇ ਬਾਗਪੁਰ ਕਾਂਗਣਾ ਭੋਡੀਪੁਰ ਮੂਸੇਵਾਲ ਨੂਰਪੁਰ ਅੱਛਾ ਜੀ ਮਰਸੀਆਂ ਅੱਛਾ ਜੀ ਹਾਂ ਇਹ ਚਾਰ ਚੁਫੇਰੇ ਦੇ ਪਿੰਡ ਆ ਜੀ ਹਾਂ ਨਕੋਦਰ ਨੂਰਪੁਰ ਆਪਣੀਆਂ ਗੱਲਾਂ ਬਾਤਾਂ ਸੁਣੇ ਤੇ ਉਹ ਪਛਾਣ ਜਾਣ ਵੀ ਬਾਬਾ ਜੀ ਦਾ ਘਰ ਆ ਫਲਾਨੀ ਥਾਂ ਤੇ ਹੁੰਦਾ ਸੀਗਾ ਹਵੇਲੀਆਂ ਸਾਰੀਆਂ ਹਵੇਲੀਆਂ ਸੀ ਅੱਛਾ ਨਾਲ ਲੋਕ ਘਰ ਸੀ ਉਹ ਬਾਹਰ ਬਾਹਰ ਨੂੰ ਗਏ ਹੋਏ ਸੀਗੇ ਤੇ ਇੱਕ ਪਾਸੇ ਸਾਰੇ ਘਰ ਵਸਦੇ ਸੀਗੇ ਹਾਂ ਤੇ ਘਰ ਦੇ ਨੇੜੇ ਕੋਈ ਹੋਰ ਨਿਸ਼ਾਨੀਆਂ ਜੀ ਕੋਈ ਖੂਹ ਕੋਈ ਮਸਜਿਦ ਕੋਈ ਨਵਾਂ ਖੂਹ ਸੀ ਮੁੱਲਾਂ ਵਾਲਾ ਖੂਹ ਸੀ ਅੱਛਾ ਇਹ ਘਰ ਦੇ ਨੇੜੇ ਸੀ ਤੇ ਖੂਹ ਵੈਸੇ ਹੈ ਕਿੰਨੇ ਸੀਗੇ ਜੀ ਪਿੰਡ 'ਚ ਖੂਹ ਦਾ 10-12 ਸੀਗੇ ਉਹ ਦੱਸੋ ਖਾਜੀ ਕਿਹੜਾ ਕਿਹੜਾ ਖੂਹ ਹੁੰਦਾ ਸੀਗਾ ਕੋਈ ਜਿੰਨੇ ਕੁ ਨਾਂ ਚੇਤੇ ਉਹ ਦੱਸ ਦਿਓ ਮੁੱਲਾਂ ਵਾਲਾ ਖੂਹ ਸੀ ਅੱਛਾ ਜੀ ਨਵਾਂ ਖੂਹ ਸੀ ਕੁੰਡੇ ਵਾਲਾ ਖੂਹ ਸੀ ਥੇ ਵਾਲਾ ਖੂਹ ਸੀ ਪੱਟੀਆਂ ਵਾਲਾ ਖੂਹ ਸੀ ਨਵਾਂ ਖੂਹ ਸੀ ਜੱਟਾਂ ਦਾ ਖੂਹ ਸੀ ਮੁਸਲਮਾਨ ਹਿੰਦੂ ਸਿੱਖ ਸਾਰੇ ਮੁਸਲਮਾਨ ਹੀ ਸਾਰੇ ਮੁਸਲਮਾਨ ਤੇ ਬਰਾਦਰੀ ਕਿਹੜੀ ਸੀ ਜੀ ਰਾਈ ਦੇ ਸਾਰੇ ਰਾਈ ਸਾਰਾ ਪਿੰਡ ਹੀ ਰਾਈਆਂ ਦਾ ਅੱਛਾ ਤੇ ਹੋਰ ਕੋਈ ਹਿੰਦੂਆਂ ਸਿੱਖਾਂ ਦਾ ਕੋਈ ਇੱਕ ਦੋ ਘਰ ਸੀਗੇ ਕਿ ਬਸ ਸਾਰਾ ਇੱਕ ਦੁਕਾਨ ਸੀਗੀ ਅੱਛਾ ਉਹਨਾਂ ਦਾ ਕੀ ਨਾਂ ਸੀਗਾ ਜੀ ਉਹ ਜਿਹੜੇ ਦੁਕਾਨਦਾਰ ਉਹ ਵੱਡਾ ਜਿਹੜਾ ਉਹਦਾ ਨਾਮ ਗੁਰਦਿੱਤ ਸਿੰਘ ਸੀ ਅੱਛਾ ਜੀ ਉਹਦੋਂ ਛੋਟੇ ਦਾ ਨੰਦ ਸਿੰਘ ਅੱਛਾ ਉਹਦੋਂ ਛੋਟੇ ਦਾ ਲਾਭ ਸਿੰਘ ਅੱਛਾ ਹਾਂ ਇਹ ਤੁਹਾਡੇ ਹਾਣ ਦੇ ਇਹਨਾਂ ਚੋਂ ਕਿਹੜੇ ਸੀਗੇ ਜੀ ਲਾਭ ਸਿੰਘ ਅੱਛਾ ਲਾਭ ਸਿੰਘ ਜੀ ਨਾਲ ਸਾਡੇ ਪੜਦਾ ਰਿਹਾ ਸੀ ਅੱਛਾ ਤੁਹਾਡਾ ਕਲਾਸ ਫੈਲੋ ਹਮੇ ਮਤ ਗਿਆ ਅੱਛਾ 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 ਤੇ ਇਹ ਆਪਣੇ ਪਿੰਡ ਦੇ ਵਿੱਚ ਜਿਹੜਾ ਜੀ ਕੋਈ ਮੇਲਾ ਜਾਂ ਆਸੇ ਪਾਸੇ ਕੋਈ ਮੇਲਾ ਵੀ ਲੱਗਦਾ ਹੁੰਦਾ ਸੀ ਮੇਲਾ ਮੈਂ ਸਹਿਦਰਾਣਾ ਹੀ ਲੱਗਦਾ ਸੀ ਤਾਜੀ ਜੇ ਸਹਿਦਰਾਣਾ ਅੱਛਾ ਨਕੋਦਰ ਤਾਜੀ ਨਿਕਲਦਾ ਸੀ ਮੰਡੀ ਲੱਗਦੀ ਸੀ ਨਕੋਦਰ ਤੇ ਖਾਨਪੁਰ ਚੁਮਕੀਆਂ ਲੱਗਦੀਆਂ ਸੀ ਉਹਦਾ ਸਾਂਗੀ ਜਾਂਦਾ ਹੁੰਦਾ ਨਾ ਇਹ ਖਾਨਪੁਰ ਮੇਲਾ ਲੱਗਦਾ ਸੀ ਇਹ ਸਹਿਦਰਾਣਾ ਪਿੰਡ ਸੀ ਨਾ ਹਾਂ ਸਹਿਦਰਾਣਾ ਨਾਲ ਸੁਲੈਚੀਆਂ ਸੀ ਉੱਥੇ ਚੰਗਾ ਮੇਲਾ ਭਾੜਾ ਲੱਗਦਾ ਸੀ ਤਾਜੇ ਨਿਕਲਦੇ ਸੀ ਤੁਸੀਂ ਵੀ ਜਾਂਦੇ ਹੁੰਦੇ ਸੀ ਹਾਂ ਬੜਾ ਵੇਖਿਆ ਅੱਛਾ ਕੀ ਉੱਥੇ ਦੀਆਂ ਕੋਈ ਸੁਣਾਓ ਜੀ ਗੱਲਾਂ ਬਾਤਾਂ ਉੱਥੇ ਦੀਆਂ ਮਠਿਆਈਆਂ ਕਿੱਦਾਂ ਦੀਆਂ ਹੁੰਦੀਆਂ ਸੀਗੀਆਂ ਤੇ ਉੱਥੇ ਕੀ ਸ਼ੁਗਲ ਹੁੰਦੇ ਸੀ ਉੱਥੇ ਜਾਣੇ ਸ਼ੁਗਲ ਕੋਈ ਨਹੀਂ ਸੀ ਹੁੰਦਾ ਸ਼ੁਗਲ ਹੁੰਦੇ ਸੀ ਤੇ ਆ ਜਿਹੜਾ ਚੁੰਕੀਆਂ ਲੱਗਦੀਆਂ ਸੀ ਇਹ 'ਚ ਜੱਟਾਂ ਦੀ ਲੜੀਆਂ ਹੁੰਦੀਆਂ ਹੁੰਦੀਆਂ ਸੀ ਲੜਾਈਆਂ ਲੜਾਈਆਂ ਇੱਕ ਦੂਜੇ ਦੇ ਗੋਲ ਉੱਥੇ ਨਿਕਲਦੇ ਹੁੰਦੇ ਸੀ ਅੱਛਾ ਤੇ ਬਾਕੀ ਇਹਨਾਂ 'ਚ ਮੇਲਿਆਂ 'ਚ ਨਹੀਂ ਕੁਛ ਵੀ ਹੁੰਦਾ ਸੀ ਅੱਛਾ ਜਿਹੜੇ ਤੁਸੀਂ ਜੱਟ ਕਹਿ ਰਹੇ ਹੈ ਜੀ ਸਿੱਖਾਂ ਨੂੰ ਕਹਿ ਰਹੇ ਨਾ ਸਿੱਖਾਂ ਨੂੰ ਅੱਛਾ ਸਿੱਖ ਅੱਛਾ ਸਿੱਖਾਂ ਦੀਆਂ ਜਿਹੜੇ ਗੋਰ ਆ ਫਿਰ ਉਹ ਚੌਂਕੀਆਂ 'ਚ ਉੱਥੇ ਜਾ ਕੇ ਉੱਥੇ ਨਿਕਲਦੇ ਸੀ ਆਹੋ ਉਹ ਲੜਾਈ ਕਿਹੜੀ ਗੱਲ ਤੋਂ ਹੋ ਜਾਂਦੀ ਸੀਗੀ ਐਵੇਂ ਪਿਛਲੀਆਂ ਗੱਲਾਂ ਅੱਛਾ ਪਿਛਲੀਆਂ ਕਿਸੇ ਨਾਲ ਦੁੱਖ ਮਾੜਾ ਮੋਟਾ ਹੋਣਾ ਇਕੱਠੇ ਹੋ ਕੇ ਪੈ ਜਾਣਾ ਫਿਰ ਅੱਛਾ ਤੇ ਉਹ ਕੋਈ ਤੁਸੀਂ ਵੀ ਦੇਖੀ ਸੀ ਜੀ ਤੁਸੀਂ ਵੀ ਉਸ ਮੇਲੇ 'ਚ ਗਏ ਹੋ ਤਾਂ ਕਿਤੇ ਤੁਹਾਡੇ ਸਾਹਮਣੇ ਜਾਂਦੇ ਰਹੇ ਅਸੀਂ ਕਿ ਜਾਂਦੇ ਰਹੇ ਹਾਂ ਬੜੇ ਵੇਖੇ ਹੈਗੇ ਤੇ ਉਹ ਫਿਰ ਮੁਸਲਮਾਨਾਂ ਨੂੰ ਕੁਛ ਨਹੀਂ ਸੀ ਕਹਿੰਦੇ ਨਹੀਂ ਨਹੀਂ ਸ਼ਰਾਬਾਂ ਬਹੁਤ ਪੀਂਦੇ ਸੀ ਕਈ ਰਾਹਾਂ 'ਚ ਹੀ ਪੈ ਰਹਿੰਦੇ ਸੀ ਇੰਨੀ ਸ਼ਰਾਬ ਪੀ ਲੈਂਦੇ ਸੀ ਇਹ ਜਿਹੜਾ ਫਿਰ ਉਦੋਂ ਲੜਾਈ ਤਾਂ ਜਿਹੜਾ ਨਾ ਜੀ ਹੱਥ ਮੁੱਕੀ ਦੀ ਹੁੰਦੀ ਹੋਣੀ ਜਾਂ ਡਾਂਗਾ ਸੋਟਿਆਂ ਦੀ ਨਹੀਂ ਡਾਂਗਾ ਹੀ ਅੱਛਾ ਡਾਂਗਾ ਦੀ ਅਸਲਾ ਉਸਲਾ ਤਾਂ ਨਹੀਂ ਨਾ ਨਹੀਂ ਨਹੀਂ ਅਸਲਾ ਉਦੋਂ ਬੰਦੂਕਾਂ ਨਹੀਂ ਸੀਗੀ ਤੇ ਆਪਣੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਹੁੰਦੀਆਂ ਸੀ ਇੱਕ ਗੁਰਦੁਆਰਾ ਵੀ ਹੁੰਦਾ ਸੀ ਪਿੰਡ ਨਹੀਂ ਗੁਰਦੁਆਰਾ ਨੂਰਪੁਰ ਸੀਗਾ ਅੱਛਾ ਵੱਡਾ ਗੁਰਦੁਆਰਾ ਸੀ ਜੀ ਆਮ ਉਹਨਾਂ ਦੇ ਬਹਿਣ ਵਾਲੇ ਜਿਹੜੇ ਨਾ
महीना चढ़ता से उदों कट्ठे हो के ना तो जल जाने छाने ढोलियां बजाने सब्जी गाँव रेंदे सी ते जरा जे जे बुत होंगे सी वो पिंडों नूरपुरों में मुरबा को परा सीगा अच्छा वो तो हिंदुआ का सी ना परसा ब्राह्मण वो इमाम सी उन्हों का मोहम्मद नूरपुर पढ़ा जटा दे मुंडिया रहमतुल्ला रहमतुल्ला मास्टर रहमतुल्ला पढ़ाई कोई गल्ला पढ़ाईयां हुंदियां सी लोग स्कूलां च न्याणियां नूं सौखे दाखल करांदे सी औखे दाखिल करवाउंदे सीगे या किद्दां दीआं गल्लां बातां होंदियां सी ओह तां इदां जिद्दां इत्थे न्याणे धक्के धुक्के जांदे पहिलों तां इदां ही जांदे सी ना अच्छा फिर जां तकड़ाई होई आ ते फिर घलणे पैंदे सी अच्छा हां क्यों मास्टर दरखास्तां दे देण लोकां दा जान सी वाही वाह अच्छा जी ते पढ़ाई वाल घट सीगा उन्हां फिर चिट्ठी लिख के दित्ती सी जाणे भई जिहड़ा ना पढ़ावे उह ते दरखास्त दे दिओ लिहाज करके दरखास्त नहीं सी दित्तियां ते उहदा मुंडे कल कुल दित्ते सी उहनां से असां पढ़ना मदरसे जाके चित चाहे पढ़ने नूं बापू चित चाहे पढ़ने नूं असां पढ़ना उहने कहना की करना जवाना पढ़ के कम साडा खेती दा मुंडिया कि कम साडा खेती दा की पढ़ना अनपढ़ की कदर ना कोई तो वांग है डंगरां दे बापू को वांग है डंगरां दे ऐसा पढ़ना उन्हें कहना छड़ पैड़ियां गल्लां फड़ सोटा मजियां चार लिया मुंडिया तो मजियां चार लिया की पढ़ना उन्हें कहना चिट्ठी परचा ना लिखना आवे लेखा सीखने नू बापू लेखा सीखने नू ऐसा पढ़ना उन्हें कहना अजकल दी पढ़ाई महंगी खर्च हजारां दे मुंडिया कि खर्च हजारां दे की पढ़ना उन्हें कहना मैनू चौथी पास करा दे फीस का खर्च नहीं बापू कि फीस का खर्च नहीं ऐसा पढ़ना उन्हें कहना जा पाड़ा कृष्ण है कहिंदा चित पूरा कर अपना मुंडिया कि चित पूरा कर अपना जा पाड़ा उन्हें कहना साढ़े वास्ते मदरसे खोले तो गौरमेंट इंडिया ने बापू कि गौरमेंट इंडिया ने ऐसा पढ़ना बंदे कठे हो जाते पढ़ के सुनांदे सी फिर बंदे सुन के फिर मुंडिया नूं घलदे सी ना मसलन असर हुंदा सीगा ते तुसीं वी पढ़दे हुंदे सी जी नज़म असीं उदों नहीं वो दो मुंडे होर चार खड़े किए होंगे अच्छा असि तो उदा बैठे होंगे सारे स्कूल के मुंडे जाते अच्छा वो मसल किसी चक च जिथे भी उन्होंने जाके कह लो कि लोगों ये तलीम आले पास लिया हों पास स्कूल के मुंडे कट्ठे करके चौक च लै जाते आसे पास के पिंड च भी जाते होंगे हाँ सारे पिंड अलग अलग फिर कि गए थे जी जिद भी गए होवो असि सियोवाल सिहारीवाल अच्छा जहांगीर अच्छापुर मूसेवाल इन्होंने पिंड ये दसो बाबा जी भी जो आसे पास के पिंड जे दसे इन्हों भी मुसलमान ही रेंदे सी इन्हों हिंदू सिख रेंदे सी नहीं सिख भी सी ते हिंदू मुसलमान भी सी अच्छा सिखां दे केड़े केड़े पिंड होंदे सी सिखां दा सी नूरपुर कोला लदड़ा अच्छा ये सिखां दे पिंड वाड़ा वाड़ा पिंड अच्छा वो भी सिखां दा सी वो भी सिखां दा
बराबर भी सी तीन दो बंदे आए सानू गां नंग लैन दो नहीं नंगन देने नगारा बजाया सी ते अकताली दे बंदे भी आ गए सी इत्थे बहुत कट हो गया सी ओ बुढ़िया उठा ते समान लदे ते बुढ़िया नाल लंबरदार कहेंगा भी तू एदा करो हथियार जेड़े सानू दे दियो ते तुसी जाओ ओ पहले तो मनदे नहीं सी फिर की कहेंगे असी नंगन नहीं देने थानू इत्थों फिर मन गया लै लो एक पंडित तलवारां दी बख्शां दी तकबीर तीन पंडा बदिया फिर उन्होंने को हथियार लै लै फिर उन्होंने कहा जाओ तुम ना जाओ जाओ तुम लगे तो खराली आए कहेंगे हमने असं नहीं नंगन देने गा आप जू चो बार पास करना भी है ना आहो तो उन्हें क्या भी हथियार तो लै लिया इन्होंने ये हम खाली हाथ है असं इतने खेल लेने उन्होंने जो केंद्र अस खेल लेना तो फिर वह कहें सब मुसलमान कर लो फिर इतने चौंक च लै आए इतने एक गां की गां करके रात में उन्होंने खड़ाई तो ना ही दो तीन लाते ना तो किस मून दौर तो जिसा कि वेल आया तो दो अगों राह देखने गए थे वो आ गए उन्होंने कहेंगे तुम रोटी खा लो तुम वो कहने असी तो अपनी कृपान फेर के उत्ते खाने खाली सको कृपान फेर के खाने ये कह नहीं तुम खा लो उन्हें खाधी ना लंबरदार कहें उ जाके बढ़ जाए वर दते सी फिर इतों अद्धी अद्धी रात नहीं सोए तो जग तो बाद लै गया टेलों से उत्थे जाके बंदे पिंड हो गया मारे बच्चे मार के सिर उत्ते कहने सानू अठवंजा च छड़ो अठवंजा छड़ के आए फिर वो तुम्बर भन्ना दसिया तुम्बर भन असलपुर को उत्थे दसी सानू कि उत्थे बहाल दो उत्थे बहाल के आए उस फिर मिलिटरी आने लग पे ना पाकिस्तान की हिंदुस्तान वो फिर लै गई मिलिटरी उन्होंने लै गई फिर उधर इंडिया से ਇਹ ਬਾਬਾ ਜੀ ਹੁਣ ਜਿਹੜਾ ਨਾ ਉਹ ਪਾਕਿਸਤਾਨ ਬਣੇ ਨੂੰ ਤਕਰੀਬਨ 75 ਸਾਲ ਹੋ ਗਏ ਆ ਜੀ ਤੇ ਹੁਣ ਵੀ ਕਦੀ ਦਿਲ ਕਰਦਾ ਆਪਣਾ ਜਿਹੜਾ ਪਿੰਡ ਵਾਲਾ ਘਰ ਜਿਹੜਾ ਉਹ ਦੇਖਣ ਨੂੰ ਦੇਸ਼ ਵਾਲਾ ਘਰ ਦੇਖਣ ਨੂੰ ਦਿਲ ਤਾਂ ਕਰਦਾ ਹੀ ਆ ਅੱਛਾ ਜੀ ਪਰ ਉਹ ਰਹਿ ਨਹੀਂ ਗਏ ਹੋਣੇ ਉਹ ਘਰ ਰਹਿ ਨਹੀਂ ਗਏ ਹੋਣੇ ਚਲੋ ਉਹ ਜੂ ਉਹ ਥਾਂ ਤਾਂ ਉਹ ਹੋਊਗੀ ਹਾਂ ਥਾਂ ਤਾਂ ਹੋਊਗਾ ਪਿੰਡ ਤਾਂ ਹੋਊਗਾ
ਤੇ ਹੁਣ ਜੇ ਕਿਤੇ ਮੌਕਾ ਬਣ ਜਾਵੇ ਤਕਦੀਰ ਸਬਬ ਬਣਾ ਦੇਵੇ ਤੇ ਉੱਥੇ ਜਾ ਕੇ ਘਰ ਆਪਣਾ ਪਛਾਣ ਲਾਉਂਗੇ ਵੀ ਕਿੱਥੇ ਹੁੰਦਾ ਸੀਗਾ ਪਛਾਣ ਨੂੰ ਤਾਂ ਪਛਾਣ ਲਾਉਂਗੇ ਅੱਛਾ ਤੇ ਪਰ ਹੁਣ ਤੁਹਾਡੇ ਤਾਂ ਤੁਰਨਾ ਹੀ ਹੁੰਦਾ ਤੇ ਜਾਣਾ ਕਿੱਦਾਂ ਨਹੀਂ ਸ਼ਾਇਦ ਜੀ ਕੋਈ ਆਪਾਂ ਨੂੰ ਆ ਜਿਹੜਾ ਨਾ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਉੱਥੇ ਦਾ ਕੋਈ ਵੀਰ ਜਿਹੜਾ ਵੀਡੀਓ ਤੇ ਹੀ ਦਿਖਾ ਦੇਵੇ ਉਹ ਆਪਣਾ ਘਰ ਜਾਂ ਉਹ ਜਿਹੜੇ ਤੁਸੀਂ ਖੂਹਾਂ ਦੇ ਨਾਂ ਲਏ ਆ ਜਾਂ ਰਕਬਾ ਦੱਸਿਆ ਆਖਰ ਇਹ ਨਿਸ਼ਾਨੀਆਂ ਹੈ ਨਾ ਜੀ ਕੋਈ ਵੀਰ ਉੱਥੋਂ ਦਾ ਦਿਖਾ ਸਕਦਾ ਆਪਾਂ ਨੂੰ ਤੇ ਬਾਕੀ ਜਿਹੜਾ ਕਦੀ ਕਿਤੇ ਬੰਦੇ ਦੇ ਰਾਤ ਨੂੰ ਪਿਆ ਹੋਇਆ ਜਿਹੜਾ ਨਾ ਜਾਗਦੇ ਪਿਆ ਹੋਵੇ ਤੇ ਖਿਆਲਾਂ ਚ ਆਉਣ ਲੱਗ ਪੈਂਦਾ ਜੇ ਸੁੱਤਾ ਪਿਆ ਹੋਵੇ ਤੇ ਖਾਬਾਂ ਚ ਆਉਣ ਲੱਗ ਪੈਂਦਾ ਤੇ ਕਦੀ ਇਹ ਖਾਬਾਂ ਜਾਂ ਖਿਆਲਾਂ ਚ ਆਇਆ ਜੀ ਉਹ ਦੇਸ ਵਾਲਾ ਘਰ ਤੁਹਾਡੇ ਨਿਗਾਹ ਚ ਉੱਦਾਂ ਹੀ ਆਉਂਦਾ ਰੋਟੀ ਉਹੀ ਮੰਗਣੀ ਖਾ ਕੇ ਅਗਲੇ ਪਿੰਡ ਹੋ ਜਾਣਾ ਚਲੋ ਬਾਦਸ਼ਾਹ ਦੇ ਕੋਲ ਚਲੋ ਬਾਦਸ਼ਾਹ ਦੇ ਕੋਲ ਲੈ ਗਏ ਬਾਦਸ਼ਾਹ ਕਹਿੰਦਾ ਵੀ ਤੂੰ ਟੈਕਸ ਕਿਉਂ ਨਹੀਂ ਦਿੰਦੇ ਉਹ ਕਹਿੰਦੇ ਸਾਡੇ ਕੋਲ ਕੁਛ ਨਹੀਂ ਅਸੀਂ ਤਾਂ ਉਹੀ ਟਿੱਕੀ ਮੰਗਣੀ ਹੈ ਤੇ ਕਾ ਕੇ ਗਾਂਹ ਹੋ ਜਾਣਾ ਅਖੇ ਕੁਛ ਵੀ ਨਹੀਂ ਤੁਹਾਡੇ ਕੋਲ ਅਖੇ ਨਹੀਂ ਅਖੇ ਰੱਤ ਵੀ ਨਹੀਂ ਅਖੇ ਰੱਤ ਹੈਗੀ ਅਖੇ ਵੀ ਰੱਤ ਕਰ ਲਓ ਉਹਨੇ ਰੱਤ ਕੱਢ ਕੇ ਭਾਂਡੇ 'ਚ ਪਾ ਲਈ ਪਾ ਕੇ ਤੇ ਟਿੱਕਣ ਦੇ ਕੇ ਬੰਨ ਕੇ ਮੂੰਹ ਲੋਕ ਨੂੰ ਦਿੱਤਾ ਵੀ ਬਾਅਦ ਦੱਬਿਆ ਜਾ ਉਹ ਦੱਬਿਆ ਬੁਰਾਨੀ ਫਸਲ ਹੁੰਦੀ ਸੀਗੀ ਮੀਂਹ ਪੈਣੋਂ ਹਟ ਗਿਆ ਤੇ ਫਸਲ ਵਾਉਣੋਂ ਹਟ ਗਈ ਦੁਨੀਆਂ ਭੁੱਕੀ ਮੰਨ ਲਾ ਪਈ ਉਦੋਂ ਨਜੂਮ ਸੱਚਾ ਸੀ ਬਾਦਸ਼ਾਹ ਨੇ ਨਜੂਮੀ ਕੋ ਪੁੱਛਿਆ ਵੀ ਕਈ ਗੱਲ ਮੀਂਹ ਕਿਉਂ ਨਹੀਂ ਪੈਂਦਾ ਉਹਨੇ ਕਿਹਾ ਬਾਦਸ਼ਾਹ ਹਲੋਂ ਆਵੇ ਰਾਣੀਆਂ ਦੀ ਪਤਾ ਲੈ ਕੇ ਜਾਵੇ ਫਿਰ ਮੀਂਹ ਪਵੇਗਾ ਬਾਦਸ਼ਾਹ ਨੇ ਹਲ ਬਣਾਇਆ ਹਲ ਬਣਾ ਕੇ ਤੇ ਜੋੜਿਆ ਜਾ ਕੇ ਰਾਣੀ ਉਹਦੀ ਪੱਤਾ ਲੈ ਕੇ ਗਈ ਤੇ ਉਹ ਕੋਲ ਚਲੀ ਗਈ ਸੀ ਜਦ ਉਹ ਮੁੰਨੇ ਦੇ ਅੱਗੇ ਚੌਹ ਦੇ ਅੱਗੇ ਨਾ ਕੁਛ ਉਹਦੇ ਲੱਗਾ ਖੜਕਿਆ ਕੁਛ ਉਹਨੇ ਕਿਹਾ ਖਰਾ ਪੈਸੇ ਆ ਇੱਥੇ ਦੱਬੋ ਕਿਤੇ ਮਾਇਆ ਹੋਣੀ ਆ ਉਹ ਚਲੀ ਗਈ ਉਹਨਾਂ ਨੇ ਹਲ ਖੜਾ ਕੀਤਾ ਕਈ ਲਈ ਪੁੱਟਿਆ ਤੇ ਭਾਂਡਾ ਉਹਨੇ ਜਦ ਚੱਪਣ ਚੱਕਿਆ ਨਾ ਵਿੱਚ ਨਿਦਾਨ ਬੈਠਾ ਹੋਵੇ ਉਸ ਭਾਂਡੇ ਦੇ ਵਿੱਚ ਸਾਧੂਆਂ ਦਾ ਖੂਨ ਪਾਇਆ ਉਹ ਨਿਦਾਨ ਬੈਠਾ ਹੋਵੇ ਉਹਦੇ ਵਿੱਚ ਉਹਨੇ ਕਿਹਾ ਖਰਾ ਰੱਬ ਨੇ ਸਾਨੂੰ ਇੱਦਾਂ ਹੀ ਦੇਣਾ ਹੋਊ ਉਹਨਾਂ ਨੇ ਉਹ ਟੱਲੀਆਂ 'ਚ ਲੀੜਿਆਂ 'ਚ ਲਪੇਟ ਕੇ ਤੇ ਘਰ ਲਿਆ ਲਿਆ ਤੇ ਪਰਸੋਂ ਉਹਦੀ ਕੱਲਾ ਪੈ ਕੰਨ ਤੋਂ ਆ ਜਾ ਕੁੜੀ ਨੂੰ ਦੁੱਧ ਦੱਧ ਪਿਲਾਉਣ ਲਾ ਪੈਰਾ ਪੈਰਾ ਤਗੜੀ ਹੋ ਗਈ ਬਾਬਾ ਤਗੜੀ ਹੋ ਗਈ ਉਹ ਨਾ ਉਹਦੇ ਰੱਖਿਆ ਸੀਤਾ ਸੀਤਾ ਹਾਂ ਉਹ ਇੱਕ ਦਿਨ ਬਾਦਸ਼ਾਹ ਬੈਠਾ ਸੀ ਅਤੇ ਰੜਕਾ ਫੇਰਦੀ ਸੀਗੀ ਉਹਨੇ ਇੱਕ ਤੋਪ ਛੋਟੀ ਕੋਈ ਪਈ ਸੀ ਘਰ ਉਹਨੇ ਚੱਕ ਕੇ ਪੈਰਾਂ ਕਰਕੇ ਹੇਠਾਂ ਉਹਦੇ ਬਾਰੀ ਫੇਰ ਦਿੱਤੀ ਬਾਦਸ਼ਾਹ ਨੇ ਕਿਹਾ ਬਈ ਜਿਹੜਾ ਇਹਨੂੰ ਚੱਕ ਕੇ ਚਲਾ ਦੇਵੋ ਅਤੇ ਨਾ ਇਹਦਾ ਫੇਰੇ ਦੇਣੇ ਉਹ ਕਈ ਮੇਰੇ ਤੇਰੇ ਵਰਗੇ ਆਏ ਪਰ ਨਾ ਕਿਸੇ ਕੋਲ ਚੱਲੀ ਇੱਕ ਲਕਸ਼ਮਣ ਸੀਗਾ ਉਹ ਕਰਨੀ ਵਾਲਾ ਸੀ ਕੁਛ ਲਕਸ਼ਮਣ ਜਿਹੜਾ ਉਹਨੇ ਚੱਕ ਕੇ ਚਲਾਈ ਹਾਂ ਉਹਦੇ ਨਾਲ ਉਹਦੇ ਫੇਰੇ ਦੇ ਦਿੱਤੇ ਵਿਆਹ ਕਰਤਾ ਹਾਂ ਵਿਆਹ ਕਰ ਦਿੱਤਾ ਉਹਦੇ ਤੇ ਦਿਓ ਆਸ਼ਕ ਹੋਇਆ ਸੀ ਉਹ ਸੀਤਾ ਤੇ ਸੀਤਾ ਤੇ ਅਤੇ ਲੱਗ ਲਕਸ਼ਮਣ ਨੂੰ ਵੀ ਕਿਹਾ ਵੀ ਇੱਥੇ ਦਿਓ ਆਸ਼ਕ ਆ ਉਹਨੇ ਆਪਣਾ ਇੱਕ ਸ਼ਿਲਾ ਕੱਟਣਾ ਸੀ ਲਕਸ਼ਮਣ ਨੇ ਉਹਨੇ ਕਿਹਾ ਜੇ ਮੈਂ ਇਹਨੂੰ ਘਰ ਛੱਡ ਕੇ ਗਿਆ ਨਾ ਅਤੇ ਉਹਨੇ ਦਿਓ ਨੇ ਲੈ ਜਾਣੀ ਆ ਅਤੇ ਉਹ ਜੰਗਲ ਦੇ ਆਪਦੇ ਕੋਲ ਲੈ ਗਿਆ ਖਾਣਾ ਦਾਣਾ ਜਿਹੜਾ ਸੀ ਨਾ ਉਹ ਉਸ ਜੰਗਲ 'ਚ ਲੈ ਗਿਆ ਲੈ ਕੇ ਤਾਂ ਉਹਨੇ ਆਲੇ ਦੁਆਲੇ ਕੀਲ ਕਰ ਦਿੱਤੀ ਕੀਲ ਕਰ ਦਿੱਤੀ ਅਤੇ ਬਈ ਉਹਨੂੰ ਇਹ ਤਕੀਰ ਕੀਤੀ ਇਹ ਲੀਕ ਤੋਂ ਬਾਹਰ ਤੈਅ ਨਹੀਂ ਹੋਣਾ ਉਹਨੇ ਕਿਹਾ ਠੀਕ ਹੈ ਉਹ ਦਿਓ ਜਿਹੜਾ ਸੀ ਉਹਨੂੰ ਪਤਾ ਲੱਗ ਗਿਆ ਵੀ ਉਹ ਜੰਗਲ 'ਚ ਆ ਉਹ ਫਿਰ ਫਕੀਰ ਬਣ ਕੇ ਮੰਗਣ ਗਿਆ ਉਹਦੇ ਕੋਲ ਆਹੋ ਉਹ ਹੁਣ ਉਹਦੇ ਸਜ਼ਾ ਕੀਤੀ ਉਹਨੇ ਲੀਕ ਤੋਂ ਬਾਹਰ ਹੀ ਪਾ ਉਹਨੂੰ ਪਤਾ ਸੀ ਵੀ ਕੀਲ ਕੀਤੀ ਹੈ ਅਤੇ ਜੇ ਮੈਂ ਕੀਲੋ ਅੰਦਰ ਹੋ ਗਿਆ ਮੇਰੇ ਵਾਲੀ ਸੁਆਹ ਹੋ ਜਾਣੀ ਹੈ ਉਹ ਮੁੱਠ ਪਾੜ ਕੇ ਲੈ ਕੇ ਆਈ ਉਹਨੂੰ ਕਹਿੰਦੀ ਗਾਂਹ ਕੇ ਖੈਰ ਲੈ ਲਾ ਉਹ ਕਹਿੰਦਾ ਤੂੰ ਗਾਂਹ ਹੋ ਕੇ ਪਾ ਦੇ ਨਾ ਉਹ ਗਾਂਹ ਹੋਵੇ ਅਤੇ ਨਾ ਉਹ ਗਾਂਹ ਹੋਵੇ ਅਖੀਰ ਉਹਨੇ ਐਂ ਨਾ ਆਪਦੇ ਪਿਛਾਂਹ ਖੜੀ ਰਹੀ ਤਾਂ ਐਂ ਮੁੱਠ ਪਾ ਕੇ ਐਂ ਪਾਉਣ ਲੱਗੇ ਨਾ ਆ ਗੋਟੋ ਦਾ ਬਾਹਰ ਨਿਕਲ ਗਿਆ ਉਹਨੇ ਗੁੱਟੋ ਫੜ ਕੇ ਚੱਕ ਲਏ ਹਾਂ ਦਿਓ ਨੇ ਲੈ ਗਿਆ ਚੱਕ ਕੇ ਜਦ ਉਹ ਆਇਆ ਉਹਨੇ ਦੇਖਿਆ ਵਿਹਲਾ ਪਿਆ
ਉਹ ਫਿਰ ਚੜਾਈ ਕਰਦਾ ਉਹਦੇ ਤੇ ਲਕਸ਼ਮਣ ਨੌ ਦਿਨ ਉਹਨੂੰ ਮਾਰਦਾ ਰਿਹਾ ਉਹ ਮਰੇ ਨਾ ਇੱਕ ਸਿਰ ਉਹਦਾ ਲਾਵੇ ਦਸ ਉਹਦੇ ਫੁੱਟ ਪੈਣ ਦਿਓ ਤਾਂ ਉਹਨੂੰ ਦਸ ਸਿਰ ਕਹਿੰਦੇ ਸੀ ਦਸ ਫੁੱਟ ਪੈਣ ਫਿਰ ਉਹਨੇ ਕਿਸੇ ਬੁੱਢੀ ਨੂੰ ਕਿਹਾ ਵੀ ਤੁਸੀਂ ਸੀਤਾ ਕੋ ਭੇਤ ਕੱਢ ਉਹਦਾ ਜਾਨ ਕਿੱਥੇ ਆ ਉਹ ਸਿਆਣਿਆਂ ਦੀ ਗੱਲ ਹੈ ਨਾ ਦੇ ਸਿਰ ਮਾਰਿਆ ਤਾਂ ਘਰ ਦੇ ਭੇਤ ਨੇ ਮਾਰਿਆ ਸੀ ਹਾਂ ਉਹ ਬੁੱਢੀ ਫਿਰ ਉਹਦੇ ਕੋਲ ਗਈ ਉਹਨੂੰ ਕਹਿੰਗੇ ਵੀ ਲਕਸ਼ਮਣ ਕਹਿੰਦਾ ਵੀ ਪੁੱਛੇ ਦੇ ਜਾਨ ਇਹਦੀ ਕਿੱਥੇ ਆ ਤੋਤੇ ਉਸ ਦੇਵ ਕੋਲ ਉਹ ਜਾ ਰਾਤ ਨੂੰ ਆਇਆ ਨਾ ਉਹਨੂੰ ਕਹਿੰਦੀ ਜੇ ਮੈਨੂੰ ਤੈਨੂੰ ਕੋਈ ਮਾਰ ਜਾਏ ਤਾਂ ਮੇਰਾ ਵਾਲੀ ਵਾਰਸ ਕੌਣ ਇੱਥੇ ਆ ਉਹ ਕਹਿੰਦਾ ਮੈਨੂੰ ਨਹੀਂ ਕੋਈ ਮਾਰ ਸਕਦਾ ਸੀਤਾ ਕਹਿੰਦੀ ਦਿਓ ਆਹੋ ਉਹ ਕਹਿੰਦੇ ਤੈਨੂੰ ਕਿਉਂ ਨਹੀਂ ਮਾਰ ਸਕਦਾ ਨਹੀਂ ਆਖੇ ਮੈਨੂੰ ਨਹੀਂ ਕੋਈ ਮਾਰ ਸਕਦਾ ਉਹਨੇ ਕਿਹਾ ਉਹ ਕੀ ਗੱਲ ਹੈ ਆਖੇ ਮੇਰੀ ਜਾਨ ਇੱਥੇ ਨਹੀਂ ਇਹਨੇ ਕਿਹਾ ਤੇਰੀ ਜਾਨ ਕਿੱਥੇ ਆ ਆਖੇ ਉਹ ਅੱਧੀ ਰਾਹ ਦੇ ਰੁੱਖ ਖੜਾ ਉਹਦੇ ਉੱਤੇ ਤੋਤਾ ਬੈਠਾ ਉਹਦੇ 'ਚ ਮੇਰੀ ਜਾਨ ਆਹੋ ਉਹਨੇ ਕਿਹਾ ਅੱਛਾ ਉਹਨੇ ਵੇ ਉਹ ਬੁੜੀ ਨੂੰ ਦੱਸਿਆ ਵੇ ਇੱਦਾਂ ਕਰਕੇ ਤੋਤਾ ਹੀ ਉਹ ਫੜ ਕੇ ਉਹ ਮਾਰੋ ਉਹ ਤੋਤਾ ਫਿਰ ਲਕਸ਼ਮਣ ਗਿਆ ਤੋਤਾ ਫੜਿਆ ਪਹਿਲਾਂ ਉਹਦੀ ਇੱਕ ਬਾਂਹ ਭੰਨੀ ਪਰ ਭੰਨਿਆ ਫਿਰ ਰੜਦਾ ਆਵੇ ਫਿਰ ਦੂਆ ਭੰਨਿਆ ਤਰਸਾ ਤਰਸਾ ਕੇ ਫਿਰ ਮਾਰਿਆ ਦੇਵ ਨੂੰ ਅਤੇ ਨੌ ਦਿਨ ਚੜ੍ਹਾਈ ਕੀਤੀ ਦਸਵੇਂ ਦਿਨ ਉਹ ਮਾਰਿਆ ਸੀ ਨੌ ਦੇ ਜਿਹੜਾ ਇੱਥੇ ਤਾਜ਼ਾ ਦੇਸਰ ਬਣਾਉਂਦੇ ਸੀ ਮੈਂ ਇੱਕ ਦਿਨ ਰਾਤ ਨੂੰ ਦੇਖ ਕੇ ਆਇਆ ਸੀ ਦੁਸਹਿਰਾ ਰਾਤ ਨੂੰ ਮੈਂ ਗਿਆ ਸੀ ਅਤੇ ਇੱਕ ਟਰੱਕ ਤਾਂ ਬਾਂਸਾਂ ਦਾ ਅਤੇ ਕਾਲਾ ਕੱਪੜਾ ਅੱਲਾ ਜਾਣੇ ਕਿੰਨਾ ਕੁ ਲਾਇਆ ਐਡੀਆਂ ਐਡੀਆਂ ਬਾਹਾਂ ਬਣਾਈਆਂ ਸੀ ਅਤੇ ਚਾਰ ਸਵੇਰੇ ਉਹਦੇ ਮੂੰਹ ਸਿਆ ਰੁੱਖ ਦਾ ਡਾਕਟਰ ਬਣਾਇਆ ਸੀ ਉਹਨਾਂ ਦਾ ਲਕਸ਼ਮਣ ਬਣਾਇਆ ਹੈ ਲਕਸ਼ਮਣ ਬਣਾਇਆ ਸੀ ਨਹੀਂ ਉਹ ਸਿੱਖਾਂ ਨੇ ਉਹ ਬ੍ਰਾਹਮਣਾਂ ਨੇ ਬਣਾਇਆ ਨਹੀਂ ਉਹ ਲਕਸ਼ਮਣ ਦਾ ਨਕਸ਼ਾ ਬਣਾਇਆ ਸੀ ਨਹੀਂ ਨਹੀਂ ਲਕਸ਼ਮਣ ਦਾ ਨਹੀਂ ਉਹ ਦਿਓ ਦਾ ਨਕਸ਼ਾ ਬਣਾਇਆ ਹਾਂ ਅੱਛਾ ਤੇ ਮਾਣਕ ਹੋਣਾ ਸੂਤ ਉਹਦੇ ਦੇਰਾ ਲਪਾ ਨੂੰ ਪੇਟਿਆ ਆ ਸੀਗਾ ਉਹਦੇ ਦੁਆਲੇ ਅਤੇ ਦੰਜਾ ਛਿਪਦਾ ਨਾ ਸਾਰਾ ਅਸਤਬਾਜ ਗੋਲਿਆਂ ਦਾ ਹੀ ਭਰਿਆ ਹੁੰਦਾ ਅੱਛਾ ਹਾਂ ਅਤੇ ਹੁਣ ਤਾਂ ਅਸਤਬਾਜ ਦੀਆਂ ਕਾਗਦੀਆਂ ਬਣਾਉਂਦੇ ਨਾ ਉਹ ਸੀਗੀਆਂ ਵਾਸ ਦੀਆਂ ਪੂਰੀ ਪੋਲੀ ਉਹ ਅਤੇ ਮੈਂ ਇੱਕ ਸਾਲ ਗਿਆ ਸੀ ਦੇਖਣ ਸੂਰ ਛਿਪਣ ਵਾਲਾ ਸੀ ਜਾਂ ਅੰਦਰ ਬਾਹਰ ਸੂਰਜ ਹੋਵੇ ਉਦੋਂ ਅੱਗ ਲਾਉਂਦੇ ਅੱਛਾ ਉਹਨਾਂ ਅੱਗ ਲਾਈ ਫਿਰ ਪਹਿਲਾਂ ਉਹ ਸੂਰ ਜਿਹੜਾ ਸੀ ਉਹ ਲਾ ਲਿਆ ਤੁਸੀਂ ਕਿਤੇ ਵੇਖਿਆ ਹਿੰਦੂਆਂ ਦੇ ਇੱਥੇ ਡੋਰ ਪਾਈ ਹੋਈ ਹੁੰਦੀ ਹੈ ਬਾਹਮਣਾਂ ਦੀ ਦੇਖੀ ਆ ਉਹਨੂੰ ਜਨੇਊ ਕਹਿੰਦੇ ਆ ਜਨੇਊ ਹਾਂ ਅੱਛਾ ਉਹ ਬਾਹਮਣਾਂ ਦੇ ਉਹ ਉਸ ਡੋਰ ਸੂਰ ਤਾਂ ਉਸ ਡੋਰ ਦਾ ਸੂਰ ਦਾ ਡੋਰ ਹੁੰਦੀ ਉਹ ਜਿਹੜਾ ਉਹਦੇ ਨਾਲ ਹੁੰਦਾ ਉਹਦੀ ਬਣਾਉਂਦੇ ਉਹ ਅਤੇ ਅੱਗ ਲਾਉਂਦੇ ਤਾਂ ਫਿਰ ਵੇਲਾ ਗੋਲੇ ਅਸਤਬਾਜ਼ੀਆਂ ਚੱਲਦੀਆਂ ਰੁੱਖ ਬੰਦੇ ਭੱਜ ਕੇ ਰੁੱਖਾਂ ਦੇ ਹੇਠਾਂ ਆ ਜਾਂਦੇ ਵੀ ਸਿਰ 'ਚ ਲੱਗੀ ਦੀ ਗਾਲੀ ਕਰਦੇ ਅਤੇ ਫਿਰ ਉਹਨੂੰ ਫੂਕਦੇ ਅਤੇ ਇਹ ਦੁਸਹਿਰਾ ਜਿਹੜਾ ਤੁਸੀਂ ਦੇਖਿਆ ਸੀ ਉਹ ਕਿਹੜੇ ਪਿੰਡ 'ਚ ਲੱਗਦਾ ਸੀ ਨਕੋਦਰ ਸ਼ਹਿਰ ਦੇ ਵਿੱਚ ਇਹ ਕਿਹੜੀ ਥਾਂ 'ਤੇ ਹੁੰਦਾ ਸੀਗਾ ਜੀ ਕੋਈ ਪਤਾ ਵੀ ਕਿੱਥੇ ਕਰਕੇ ਹੁੰਦਾ ਸੀਗਾ ਇਹ ਨਕੋਦਰ ਦੇ ਇੱਧਰਲੇ ਪਾਸੇ ਚੜ੍ਹਦੇ ਪਾਸੇ ਹਾਂ ਹਾਂ ਨੌ ਦਿਨ ਉਹਨਾਂ ਦੇ ਬਾਹਮਣਾਂ ਦੇ ਮੁੰਡੇ ਜਿਹੜੇ ਉਹ ਜਿੱਦਾਂ ਲਕਸ਼ਮਣ ਕਰਦਾ ਰਿਹਾ ਨਾ ਉਦੋਂ ਕਰਦੇ ਰਹਿੰਦੇ ਜਿਵੇਂ ਨਕਲੀ ਤਮਾਸ਼ਾ ਕਰਦੇ ਨਾ ਇੱਦਾਂ ਕਰਦੇ ਰਹਿੰਦੇ ਹੁੰਦੇ ਸੀ ਹਨੂਮਾਨ ਬਣਾਇਆ ਸੀ ਉਹਨਾਂ ਦਾ ਇੱਕ ਮੁੰਡਾ ਵਾ ਸੀ ਉਹਦੇ ਸਿਰ ਘੋਨਾ ਕੀਤਾ ਲੁੱਕ ਮਰਿਆ ਸਾਰੇ ਸਿੱਖ ਸਮਝ ਹੋਏ ਉਹ ਠੁਕਰਾ ਹੀ ਤੁਹਾਡੇ ਲੱਕ ਨੂੰ ਪਾ ਉਹ ਦੁਆਲੇ ਤੂੰ ਵੀ ਫਿਰੇ ਅਖੇ ਹਨੂਮਾਨ ਬਣਾ ਠੀਕ ਹੈ ਬਾਬਾ ਜੀ ਬਹੁਤ ਮਿਹਰਬਾਨੀ ਜੀ ਅੱਲਾਹ ਤਾਲਾ ਤੁਹਾਨੂੰ ਹੱਸਦਾ ਵੱਸਦਾ ਰੱਖੇ ਖੁਸ਼ ਰੱਖੇ ਅਤੇ ਬਾਕੀ ਦੀ ਜ਼ਿੰਦਗੀ ਜਿਹੜੀ ਸਿਹਤ ਸਲਾਮਤੀ ਵਾਲੀ ਤੰਦਰੁਸਤੀ ਵਾਲੀ ਦੇਵੇ ਅਤੇ ਪਿਆਰੇ ਪੰਜਾਬੀ ਵੀਰੋ ਆਹ ਸੀ ਜੀ ਬਜ਼ੁਰਗਾਂ ਨਾਲ ਸਾਡੀ ਅੱਜ ਦੀ ਗੱਲਬਾਤ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ 'ਚ ਲਹਿੰਦੇ ਪੰਜਾਬ ਦੇ ਹੋਰ ਬਜ਼ੁਰਗਾਂ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਅੱਲਾ ਹਾਫਜ਼